ਸਾਡੇ
ਟਰਾਫੀ ਦੇ 25
ਸਕਾਰਪੀਓ ਦੇ ਨਾਲ ਸਮਾਨ ਖਰੀਦਦਾ ਜਾਣਾ। ਕਾਲੀਆ ਮਾਧੂਰੀ ਜੀ ਦੱਸਦੇ ਨੇ, ਕਾਲੀਆ ਮਾਧੂਰੀ ਜੀ ਦੁਆਨੇ ਦੇ ਵਿੱਚ ਸਿੰਘੂ ਖੇਡਦੇ ਨੇ, ਉਹਨੂੰ ਅਸੀਂ ਟਰਾਫੀ ਦੇ 2500 ਰੁਪਏ ਦੇ ਨਾਲ ਸਮਾਨ ਖਰੀਦਦਾ ਜਾਣਾ। ਜਿਗਰੀ ਵਾਲ ਦੇ ਸਾਈਡੋ ਦੇ ਦੀ ਨਹੀਂ ਫੈਸਲਾ ਬੇਨਤੀ ਕਰਦੇ ਸਾਰਾ ਦੇਖਾ ਜਾਓ ਕਰਦੇ ਬਾਹਰ ਵੀ ਜਵਾਬ ਦੇ।
ਜਿਹੜੇ ਬੱਚੇ ਪੜ੍ਹਦੇ ਆਪਣੇ ਸਕੂਲ ਦੇ ਵਿੱਚ ਉਹ ਆਪਣੇ ਮਾਪਿਆਂ ਨੂੰ ਨਾਲ ਲੈ ਕੇ ਠੀਕਰੀ ਵਾਲੇ ਤਾਲੀਆਂ ਮਾਰ ਦਿਓ ਲੜਕੀ ਨੂੰ ਹਵਾ ਮਿਲੇ ਆਉਂਦਾ ਡੋਲੀ ਡੋਲੀ ਉੱਤੇ ਅਗਲੀ ਨੇ ਕਬੱਡੀ ਹਾਰਨਾ ਪਾਉਂਦਾ
ਦੁਨੀਆ ਮਾਪਾ ਤੇ ਹੋ ਜਾਂਦੀ ਕੁੰਬੜੀ ਖੜੀ ਕਰੇ ਗੁਰਜੀਤ ਰੇਤ ਨਹੀਂ ਆਪਣੀ ਤੇ ਕਾਲੀ ਕੁੰਬੜੀ ਗੁਰਜੀਤ ਰੇਤ ਨਹੀਂ ਆਪਣੀ ਤੇ ਕਾਲੀ ਕੁੰਬੜੀ ਗੁਰਜੀਤ ਇਹਦੇ ਕੀ ਸ਼ਹਿਰੀ ਵਾਲਾ ਕੁੰਬੜੀ ਪਾ ਲਿਆ ਮੈਂ ਸਿੰਘ ਕੁਮਾਰ ਵਾਲ ਹੈ ਅੱਜ ਵਧੀਆ ਮੈਚ ਖੇਡੇ ਗਏ ਹੈ ਇਸ ਧਰਤੀ ਦੇ ਕਰਨੇ ਧਾਰੀ ਵਾਲ ਉਹਨਾਂ ਨੂੰ ਮਾਣ ਮਾਣ ਪੇਸ਼ ਕਰਦੇ ਇਸ ਮੁੱਦੀ ਆਰਗੇਨਾਈਜ ਕਮੇਟੀ ਨੂੰ ਇਹ ਦੇਖਦਾ ਹੈ ਵੀ ਗਾਉਂ ਦੇ ਨਿਗਮ ਨੂੰ ਮਨਪ੍ਰੀਤ ਸਿੰਘ ਨਾਮ ਹੈ ਦੁਨੀਆ ਕੰਟੋਂ ਦੇ ਨਾਂ ਦੇ ਨਾਲ ਜਾਣਦੇ ਹੈ ਕਬੱਡੀ ਮੈਂ
ਦੀ ਬੇਨਤੀ ਕਰੀਏ ਸਾਡੇ ਨਾਲ ਵੀ ਗੱਲ ਦਾ ਫਰਕ ਆਈ ਆਹ
ਸਿੱਖ ਧੀਰੇ ਕਹਿੰਦੇ ਇਸ ਵੇਲੇ ਸਹਿਣ ਵਾਲੇ ਨਾ ਕਰ
ਆਪਣਾ ਜਫਾ ਪੁਆਇੰਟ ਆਪਣੀ ਟੀਮ ਦੇ ਉਸੇ ਜ਼ਰੂਰ ਦਿੱਤਾ। ਕੋਈ ਹੋਰ ਬਹੁਤ ਨਹੀਂ ਖਿਡਾਰੀ ਦੇ ਵਿੱਚ, ਸਰੀਰ ਕੋਈ ਬਹੁਤ ਨਹੀਂ, ਉਮਰ ਕੋਈ ਬਹੁਤ ਨਹੀਂ, ਤੇਰਾ ਤਾਂ ਬੜਾਈ ਮਿਲ ਗਈ ਉਹਨੂੰ ਸ਼ਾਂਤੀ ਵਾਲੇ ਉਸੇ ਨੇ ਮਾਰ ਕਰ ਕੇ ਤਕੜਾ ਸ਼ਾਂਤ ਤੇ ਨਾਲ ਪਾਇਆ ਦਾ ਧੰਨਵਾਦ ਦੇਣਾ ਉਹਨਾਂ ਨਾਮਾਂ ਦੇ ਕਰੋ ਮੈਂਟਾ ਆਪਣੀ ਕਬੱਡੀ ਵਾਦਾ ਹੋਇਆ ਵੀਰੇ ਜੈਂਦਾ ਕੀ ਸਿਰਾ ਬੱਤੇ ਕੋਈ ਜਿੱਥੇ ਯਾਰੀਆਂ ਨੂੰ ਕਹਿੰਦੇ ਨੇ ਲਹਿਰ ਦੀ ਖਿਡਾਰੀ ਨੂੰ ਵੀਰਾ ਮੈਂ ਕਹਿੰਦੇ ਨੇ ਕੋਈ ਬੈਂਕੋ ਮੈਂ ਤੇ ਬਾਹਰ ਬੱਤੀ ਜੋਗਦਾ ਹੈ ਮੇਰੀ ਵੀ ਲੋ ਕੋਈ ਕਬੱਡੀ ਦੀ ਖਿਡਾਰੀ ਉਹਨਾਂ ਪੁਆਇੰਟ ਵੀ ਸੱਜੋ ਵਾਲੀਆ ਫੈਸਲਾ ਕਰ ਚੁੱਕਿਆ ਰੈਫਰੀ ਦਾ ਫੈਸਲਾ ਗੱਲ ਹੋਵੇਗਾ ਪੁਆਇੰਟ ਕੀ ਦਾ ਕੀ ਦੀ ਗੱਲ ਹੋਵੇਗਾ ਸਾਡੇ ਰੈਫਰੀ ਦਾ ਫੈਸਲਾ ਗੱਲ ਹੋਵੇਗਾ ਪੰਜਾਬ ਵਰਗੀ ਵੀ ਕਿਤੇ ਵੀ ਮਾਹੌਲ ਵੇਖੋ ਕਿਸਾ ਨਹੀਂ ਹੀ ਰਾਂਝੇ ਦੀ ਬਲੀਦ ਵਰਗਾ ਅੰਮ੍ਰਿਤਸਰ ਵਰਗਾ ਦੀ ਸਿੱਖੀ ਘਰ ਹੋਣਾ ਸੰਗੀਤ ਹੈ ਨੀ ਕਿਤੇ ਪੰਜਾਬੀ ਦੀ ਸੰਗੀਤ ਵਰਗਾ ਗੁਰੂ ਗੋਬਿੰਦ ਸਿੰਘ ਵਰਗੇ ਦੀ ਗੁਰੂ ਵੇਖੋ ਤੇ ਰਾਜ ਕਰਨ ਦੀ ਕਿਸੇ ਮਹਾਰਾਜਾ ਰਣਜੀਤ ਵਰਗਾ ਆਪਣਾ ਜਾਗਤ ਦਾਸ ਦਾ ਅਮਰ ਰਹਿਣੇ ਕੁੰਮੀ ਤੇ ਗਾ ਨਹੀਂ ਸਕਦਾ ਕਿ ਸੁਰਜੀਤ ਵਰਗਾ ਕਾਲੇ ਵਰਗੀ ਨੀ ਕਿਸੇ ਜਾਤ ਨਾਲ ਵੀ ਰੇਟ ਹੈ ਨੀ ਕੋਈ ਲੰਘਿਆ ਦੇ ਸੰਦੀਪ ਵਰਗਾ ਬਾਪੂ ਮਾਰ ਵਰਗਾ ਨੀ ਰਾਤੋ ਰਾਤ ਸਟਾਰ ਵਰਗਾ ਉਹ ਤੋਂ ਦਮ ਨਹੀਂ ਵਾਲਾ ਦੇ ਹਰਜੀਤ ਵਰਗਾ ਕਲਦੀਪ ਸਿੰਘ ਨਾਲ ਹੈ ਦੋ ਵਾਰ ਕੈਨੇਡਾ ਦੀਆਂ ਫਿਰ ਕਬੱਡੀ ਕਰਾਉਣਾ ਦੇ ਵਿੱਚ ਸੰਭਾਵਨਾ ਕਰੂ ਨੇ ਧੁੱਪ ਵਿਚਾਉਣ ਵਾਲੀ ਗੱਲ ਕਰ ਦਿੰਦੀ ਹੈ ਕੀ ਬਸੈਣੇ ਪਿੰਡ ਦਾ ਸੈਣੇ ਦਾ ਮੇਲਾ ਪੂਰੀ ਦੁਨੀਆ ਦੇ ਵਿੱਚ ਮੇਰੀ ਵੀਰ ਭਾਰੀ ਮੰਨਿਆ ਜਾਂਦਾ ਕੋਈ ਸ਼ੇਰ ਵਾਂਗੂ ਵੱਜਦਾ ਕੋਈ ਮਾਰ ਵੱਜਦਾ ਕੋਈ ਚੀਤੇ ਵਾਂਗੂ ਵੱਜਦਾ ਕਿਸੇ ਨੂੰ ਐਟਮ ਕਿਸੇ ਨੂੰ ਫਲੱਡ ਕਿਸੇ ਨੂੰ ਜਾਪੋ ਨੀ ਕਿਸੇ ਨੂੰ ਕਿਹਾ ਜਾਂਦਾ ਬਾਜ ਮਿੱਤਰੋ ਕਬੱਡੀ ਦਾ ਪੰਜਾਬੀ ਜੀ ਦੇ ਰੂਹ ਦੀ ਖਾਕ ਤਾਂ ਉਹ ਦੁਨੀਆ ਤੇ ਕਰਦੇ ਨੇ ਬਾਜ ਮਿੱਤਰੋ ਜੀਵਾ ਠੀਕੀ ਬਾਜ ਦੀ ਧਰਤੀ ਦਾ ਕਹਿੰਦੀ ਕਬੱਡੀ ਪਾਉਂਦੀ ਬਾਜ ਆਫ ਇਹ ਉਸ ਇਸ ਨੂੰ ਉਹ ਠੀਕਿਆ ਦੇ ਤੇ ਉਹ ਸਾਰ ਦੇ ਨਾਮ ਦੇ ਗਿਆ ਰੰਗੂ ਸਾਧੋ ਦੇ ਤੇ ਨੀਨਾ ਗੋਲੀ ਉਹ ਖਾਰੀ ਇਹ ਤਾਂ ਆਪਣਾ ਮਾਨਸਾ ਲੈ ਰਿਹਾ ਕੋਈ ਮਸਲ ਬਣਾਉਂਦਾ ਏ ਕੋਈ ਹੱਥ ਕਰੇ ਪੱਕੇ ਕੋਈ ਸ਼ਾਂਤੀ ਨੂੰ ਫੈਲਾਉਂਦਾ ਏ ਕਿਸੇ ਦਾ ਤਾਂ ਅੰਗ ਅੰਗ ਕਰਦਾ ਜੋੜਨਾ ਕਿਸੇ ਦੀ ਪੇਕੇ ਵਾਲੇ ਖੁਰਾਕ ਤਾਂ ਇਹ ਦੁਨੀਆ ਦੀ ਕਰਦੇ ਨੇ ਰਾਜ ਮਿੱਤਰੋ ਤਾਂ ਇਹ ਦੁਨੀਆ ਦੀ ਕਰਦੇ ਨੇ ਰਾਜ ਮਿੱਤਰੋ ਸੈਣੇ ਦੀ ਧਰਤੀ ਤੇ ਕੀ ਪੱਗ ਦੀ ਕੋਟੀ ਬਾਂਧਾ ਹੋਇਆ ਕਿ ਸੈਣੇ ਦੇ ਵਿੱਚ ਬਣਦੀ ਧਰਤੀ ਹਿੰਮਤ ਕੋਈ ਵਿੱਚ ਰਾਤੀ ਰਾਉਂਦੇ ਦੇ ਵਿੱਚ ਬਣਦੇ ਕੁੰਡੇ ਤੇ ਸ਼ਹਿਰ ਵਧਾਉਣ ਦੀ ਚਾਟੀ ਰਾਉਂਦੇ ਦੇ ਵਿੱਚ ਬਣਦੇ ਕੁੰਡੇ ਸ਼ਹਿਰ ਵਧਾਉਣ ਦੀ ਚਾਟੀ ਵਾਹ ਨਹੀਂ ਸਮਾ ਹੋਣਾ ਠੀਕਰਵਾ ਦੇ ਟੀਮਾਂ ਕੀ ਦਸਤੋਰ 100 ਰੁਪਏ ਨਾਮ ਤੇ ਕਹਿ ਜਾਣਾ ਉਹਨਾਂ ਠੀਕਰੀ ਵਾਲਾ ਨੀਵੇਂ ਗੋਲੀ ਭਾਈ ਮਨਪ੍ਰੀਤ ਸਿੰਘ ਗੰਟੂ ਸਾਜੋਗੇ ਇੱਕ ਖਿਡਾਰੀਆਂ ਦੇ ਕਹਿੰਦੇ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤੀ ਜਾ ਰਹੀ ਹੈ ਮੇਰੀ ਵੀਰ ਉਹਨਾਂ ਸਾਹਮਣੇ ਮੈਂਟਾ ਅਗਲੀ ਗੋਡੀ ਮਾਉਂਦੀ ਉਹਦੇ ਉੱਤੇ ਚਾਰ ਜਾਪੀ ਆ ਕਿ ਜਿਹਨੂੰ ਪਾਇਆ ਹੱਥ ਦਿੱਤਾ ਨੇ ਜਾਣ ਵੀ ਸਾਨੂੰ ਆਪਣੀ ਮਾਣ ਉੱਤੇ ਮਾਣ ਵੀ ਜਿਹੜੇ ਪਾਣੀਆਂ ਤੇ ਲਾਉਂਦੇ ਨੇ ਉਹ ਤਾਰੀਆਂ ਪਾਣੀ ਸਾਡੇ ਪੀਂਦੇ ਹੋਏ ਨੇ ਸਰਕਾਰ ਦੇ ਮੇਰੇ ਕਾਲ ਦੇ ਕੀ ਹੋਵੇ ਨੇ ਸਰਕਾਰ ਦੇ ਮੇਰੇ ਕਾਲ ਦੇ ਕੀ ਹੋਵੇ ਨੇ ਕਿ ਗਾਗੂ ਦਾ ਨਾਮ ਹੈ ਤੀਰ ਤੋਂ ਆਇਆ
ਆਗੂਆਂ ਦਾ ਸਾਰੀ ਬਿਹਾਰੀ ਬੋਲਦੇ ਕਹਿੰਦੇ ਵੱਲ ਬੋਲਦੇ ਗਏ ਬਿਹਾਰੀ ਕਗੜੇ ਦੇ ਦਸ ਆਗੂ ਵਾਲੇ ਮੂੰਹ ਮੇਰੇ ਦੇ ਰਾਲੀ ਰਸੂਲ ਜੀ ਦੇ ਬਾਹਰ ਬੰਦ ਜਾਵੇ ਨਾ ਕੱਟ ਖਾਲੀ ਉਹਨੇ ਕਹਿੰਦਾ ਸਹਿਣਾ ਆਦਮੀ ਬਾ ਤੇ ਦੂਜੇ ਪਾਸੇ ਜਾਤੀ ਮਿਲ ਗਿਓ ਸਾਹਮਣੇ ਪਿੰਡ ਦੇ ਬੜਾ ਮਸ਼ਹੂਰ ਜਾਤੀ ਆਏ ਕਿਹੜੀ ਗੋਡੀ ਬਦਾਨਾ ਦਾ ਜੀ ਭਾਈ ਲੈ ਲਓ ਤਾਂ ਦਾ ਬੇ ਜਫਾ ਰਾਜ ਨਹੀਂ ਗਿਆ ਤਾਂ ਦਾ ਇਹਨਾਂ ਖਿਡਾਰੀਆਂ ਦੇ ਵਿਸ਼ੇਸ਼ ਤੌਰ ਤੇ ਮਾਣ ਸਨਮਾਨ ਪ੍ਰਬੰਧਕ ਟੂਰਨਾਮੈਂਟ ਕਮੇਟੀ ਵੱਲੋਂ ਕੀਤੇ ਜਾ ਰਹੇ ਆ। ਲੈਸ ਜਾਫੀ ਛਾਪੇ ਦੀ ਧਰਤੀ ਦਾ ਬੇਅੰਤ ਸਿੰਘ ਆ, ਕਰਮਜੀਤ ਕਲੱਬ ਰਾਮੇ ਦੀ ਟੀਮ ਦੇ ਵੱਲੋਂ ਤਗੜੇ ਜੱਫੇ ਲਾਏ, ਜਿਸ ਨੌਜਵਾਨ ਖਿਡਾਰੀ ਨੇ ਸਵੇਰ ਤੋਂ ਲੈ ਕੇ ਮੇਰੇ ਵੀਰੋ ਕੀ ਪਸੈਣੇ ਪਿੰਡ ਦਾ ਕਹਿੰਦੇ ਨੌਜਵਾਨ ਗੱਭਰੂ ਬੈਸਟ ਧਾਰੀ ਲਾਣੇ ਜਾ ਰਹੇ ਅੱਜ ਇਸ ਖੀਰ ਕਬੱਡੀ ਟੂਰਨਾਮੈਂਟ ਦਾ। ਰਾਮੇ ਦੀ ਟੀਮ ਦੇ ਵੱਲੋਂ ਖੇਡਿਆ, ਰਾਮੇ ਦੀ ਟੀਮ ਸਟੇਜ ਤੋਂ ਆ ਕੇ ਆਪਣਾ ਮਾਣ ਸਨਮਾਨ ਲੈ ਜਾਵੇ। ਗੋਰਾ ਠੀਕਰੀਵਾਲ ਦਾ ਵਿਸ਼ੇਸ਼ ਮਾਣ ਸਨਮਾਨ ਆ। ਹੈਲੋ ਹੈਲੋ, ਸਵਰਨ ਸਿੰਘ ਸਾਬਕਾ ਪੰਚਾਇਤ ਮੈਂਬਰ ਵੱਲੋਂ ਰਾਮੇ ਦੀ ਟੀਮ ਨੂੰ 100 ਰੁਪਇਆ ਇਨਾਮ ਭੇਜਦੇ ਆ। ਬਲਵਿੰਦਰ ਸਿੰਘ ਲਾਡੀ ਖੇਡ ਕਬੱਡੀ ਦਾ ਬਹੁਤ ਵਧੀਆ ਖਿਡਾਰੀ ਆ, ਉਹ ਵੀ ਵੀਰ ਆ ਕੇ ਆਪਣਾ ਮਾਣ ਸਨਮਾਨ ਲੈ ਲਵੇ ਲਾਡੀ ਰਾਮੇ ਦੀ ਧਰਤੀ ਦਾ। ਬਲਵਿੰਦਰ ਸਿੰਘ ਲਾਡੀ ਪਾਲ ਸੋਨੇ ਦਾ ਮੇਰੇ ਨਾਲ ਸੰਪਰਕ ਕਰਨਾ, ਮਿਸਤਰੀ ਕਮਲ ਸਿੰਘ ਤੇ ਸੋਨੀ ਕਾਕਾ ਰਾਮੇ ਦੀ ਧਰਤੀ ਦਾ ਉਸ ਖਿਡਾਰੀ ਦਾ ਵੀ ਵਿਸ਼ੇਸ਼ ਤੌਰ ਤੇ ਮਾਣ ਸਨਮਾਨ ਕੀਤਾ ਜਾ ਰਿਹਾ। ਹੈਲੋ, ਆ ਜਿਹੜੇ ਬੈਟਰੇਟ ਦੇ ਬੈਠ ਜਾਫੀ ਨੂੰ ਟੈਲੀਵਿਜ਼ਨ ਦੇਣੇ ਆ, ਉਹ ਅਵਤਾਰ ਸਿੰਘ ਧਾਲੀਵਾਲ ਵੱਲੋਂ ਦਿੱਤੇ ਜਾਣੇ ਆ। ਬੈਸਟ ਰੇਡਰ ਆ ਜਿਹੜਾ ਸੈਣੀ ਦੀ ਧਰਤੀ ਦਾ ਨੌਜਵਾਨ ਹੈ, ਗਬਰੂ ਕੀ ਪੈ ਮੇਰੇ ਵੀਰੋ। ਬੈਸਟ ਰੇਡਰ ਤੇ ਬੈਠ ਜਾਫੀ ਨੂੰ ਅਵਤਾਰ ਸਿੰਘ ਧਾਲੀ ਉਹਨੂੰ ਟੀਵੀ ਨਾਲ ਸਨਮਾਨਿਤ ਕੀਤਾ ਜਾ ਰਿਹਾ। ਬੈਸਟ ਰੇਡਰ ਕੀ ਪਸੈਣ ਟੀਵੀ ਨਾਲ ਅਵਤਾਰ ਸਿੰਘ ਧਾਲੀਵਾਲ ਵੱਲੋਂ ਇਹ ਇਨਾਮ ਦਿੱਤੇ ਗਏ ਆ। ਬੈਸਟ ਜਾਫੀ ਬੇਅੰਤ ਛਾਪੇ ਦੀ ਧਰਤੀ ਦਾ ਕਰਮਜੀਤ ਕਲੱਬ ਰਾਮੇ ਦੀ ਟੀਮ ਦੇ ਵੱਲੋਂ ਖੇਡਿਆ। ਅਵਤਾਰ ਸਿੰਘ ਜੀ ਧਾਲੀਵਾਲ ਵੱਲੋਂ ਕਹਿੰਦੇ ਕਲਰ ਟੀਵੀ ਦੇ ਕੇ ਮਾਣ ਸਨਮਾਨ ਦਿੱਤੇ ਜਾ ਰਹੇ ਆ ਕਬੱਡੀ ਦੇ ਸੁਪਰ ਸਟਾਰ ਯੋਧੇ ਨੂੰ ਮੇਰੇ ਵੀਰੋ। ਬੈਸਟ ਧਾਰੀ ਸੈਨੇ ਦਾ ਕੁਲਦੀਪ ਸਿੰਘ, ਜਿਸ ਨੌਜਵਾਨ ਖਿਡਾਰੀ ਨੇ ਕੈਨੇਡਾ ਦੀ ਦੁਨੀਆ ਦੇ ਵਿੱਚ ਧੰਨ ਧੰਨ ਕਰਵਾਈ, ਬੇਅੰਤ ਛਾਪੇ ਦਾ ਨਾਮ ਹੈ ਮੇਰੇ ਵੀਰੋ। ਖੇਡ ਕਬੱਡੀ ਦਾ ਹੀਰੋ ਖਿਡਾਰੀ ਉਸ ਖਿਡਾਰੀ ਨੂੰ ਵੀ ਕਲਰ ਟੀਵੀ ਦੇ ਕੇ ਮਾਣ ਸਨਮਾਨ ਦਿੱਤਾ ਜਾਣਾ।
ਸੈਣੇ ਦੀ ਧਰਤੀ ਦਾ ਉਸ ਨੌਜਵਾਨ ਖਿਡਾਰੀ ਦਾ ਪਰਿੰਦਰ ਦਾਵਦਰ ਦੀ ਧਰਤੀ ਦਾ ਪ੍ਰਸਿੱਧ ਕਬੱਡੀ ਖਿਡਾਰੀ ਉਹ ਵੀ ਆ ਕੇ ਆਪਣਾ ਮਾਣ ਸਨਮਾਨ ਹਾਸਲ ਕਰ ਲਵੇ। ਗੁਰਪ੍ਰੀਤ ਸਿੰਘ ਕੱਦੀ ਸੈਣੇ ਪਿੰਡ ਦਾ ਜਿਸ ਨੌਜਵਾਨ ਗੱਭਰੂ ਨੇ ਮੇਰੇ ਵੀਰੋ ਹਰ ਇੱਕ ਖੇਡ ਕਬੱਡੀ ਗਰਾਊਂਡ ਦੇ ਵਿੱਚ ਆਪਣੇ ਮੇਰੇ ਵੀਰੋ ਖੇਡ ਦਾ ਲੋਹਾ ਮਨਵਾਇਆ, ਕੱਦੀ ਸੈਣੇ ਦੀ ਧਰਤੀ ਦਾ ਉਹ ਵੀ ਖਿਡਾਰੀ ਆ ਕੇ ਆਪਣਾ ਮਾਣ ਸਨਮਾਨ ਹਾਸਲ ਕਰ ਲਵੇ। ਉਤਪਤਾ ਵੀ ਰਿਹਾ ਸੈਣੇ ਪਿੰਡ ਦਾ ਕੁਲਦੀਪ ਸਿੰਘ ਕੀਪ ਇਸ ਕਬੱਡੀ ਟੂਰਨਾਮੈਂਟ ਨਾਲ ਸੈਣੇ ਵਾਲਾ ਕੀਪ ਇੱਕ ਵਾਰੀ ਮਿੰਨੀਆਂ ਮਿੰਨੀਆਂ ਤਾੜੀਆਂ ਮਾਰ ਦੋ ਦਰਸ਼ਕ ਵੀਰੋ ਕੀਪ ਦੇ ਨਾਂ ਤੇ। ਸਰਦਾਰ ਸੁਭੀ ਸਿੰਘ ਦੇ ਸਪੁੱਤਰ ਹੈ ਕੀਪ ਔਰ ਨਾਲ ਗੋਰੇ ਵਰਗੇ ਨੌਜਵਾਨ ਮਾਨ ਸਨਮਾਨ ਦਿੱਤਾ ਸਾਡੀ ਕਮੇਟੀ ਨੇ। ਉੱਤਮ ਰਹਿਣ ਵਾਲੀ ਟੀਮ ਹੈ ਠੀਕਰੀ ਬਾਲ ਦੀ ਟੀਮ ਹੈ, ਉੱਤਮ ਰਹੀ ਹੈ ਟੀਮ ਠੀਕਰੀ ਬਾਲ ਦੀ ਟੀਮ ਹੈ ਔਰ ਸਾਡੀ ਕਮੇਟੀ ਮਾਨ ਸਨਮਾਨ ਦੇ ਰਹੀ ਹੈ ਠੀਕਰੀ ਬਾਲ ਦੀ ਟੀਮ ਨੂੰ। ਔਰ ਨਾਲ ਹੀ ਕੀਪ ਦੱਸ ਰਿਹਾ 13, 14 ਤੇ 15 ਤਰੀਕ ਹੈ ਸੈਣੇ ਦੇ ਕਬੱਡੀ ਟੂਰਨਾਮੈਂਟ ਦੀ ਔਰ ਗੁਰਪ੍ਰੀਤ ਸਿੰਘ ਕੱਦੀ ਉਹਨੂੰ ਵੀ ਵੱਡਾ ਮਾਨ ਦਿੱਤਾ ਕਮੇਟੀ ਨੇ ਔਰ ਉੱਤਮ ਰਹੀ ਹੈ ਟੀਮ ਠੀਕਰੀ ਵਾਲ ਦੀ। ਇਸ ਕਬੱਡੀ ਟੂਰਨਾਮੈਂਟ ਦੇ ਇਤਿਹਾਸ ਰਚਿਆ ਇਸ ਟੀਮ ਨੇ, ਬਹੁਤ ਹੀ ਵਧੀਆ ਮੈਚ ਦਿਖਾਈ ਇਸ ਟੀਮ ਨੇ। ਪਹਿਲੇ ਨੰਬਰ ਵਾਲਾ ਲਿਆਓਗੇ ਕੰਮ ਪਹਿਲੇ ਨੰਬਰ ਦੇ ਰਹੀ ਹੈ ਟੀਮ ਠੀਕਰੀ ਵਾਲ ਦੀ। ਰੌਲਾ ਨਾ ਪਾਓ ਬਈ, ਪਿਆਰ ਨਾਲ ਖੜ ਜਾਓ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸਾਡੇ ਅੱਜ ਦੇ ਮੁੱਖ ਮਹਿਮਾਨ ਚੌਂਕੀਦਾਰ ਸਰਦਾਰ ਉਹ ਵੀ ਸਾਡੇ ਦਰਮਿਆਨ ਨਾਲ ਪਹੁੰਚ ਚੁੱਕੇ ਨੇ। ਕੀ ਗਾਉਣ ਸੈੱਟ ਹੋ ਗਏ ਤੇ ਸੁਣੀ ਕਿੰਨੇ ਬਾਤ ਸੁਣਦੇ ਆ ਤਾਂ ਸਟੇਜ ਤੇ ਸੰਪਰਕ ਕਰਨਾ। ਔਰ ਸੈਕਿੰਡ ਰਹੀ ਹੈ ਟੀਮ ਰਾਮੇ ਪਿੰਡ ਦੀ ਹੈ, ਰਾਮੇ ਦੀ ਟੀਮ ਜਿਹੜੀ ਸੈਕਿੰਡ ਬਿਲਕੁਲ ਪਧਾਵੜ ਸੈਣੇ ਦੇ ਲਾਗੇ ਚਲੇ ਗਿਆ। ਰਾਮੇ ਦੀ ਟੀਮ ਉੱਤਮ ਰਹੀ ਹੈ ਇਸ ਟੂਰਨਾਮੈਂਟ ਦੇ ਜਿਹੜੀਆਂ ਦੋ ਉੱਤਮ ਟੀਮ ਟੀਮਾਂ ਠੀਕਰੀ ਬਾਲ ਔਰ ਰਾਮਾ। ਰਾਮੇ ਦੀ ਟੀਮ ਨੂੰ ਦੂਸਰਾ ਪ੍ਰਾਈਜ਼ ਦੇ ਰਹੀ ਹੈ ਸਾਡੀ ਸਮੁੱਚੀ ਕਮੇਟੀ ਔਰ ਕਬੱਡੀ ਖਿਡਾਰੀ ਆਪਣਾ ਪ੍ਰਾਈਜ਼ ਲੈ ਰਹੇ ਹੈ। ਟੈਂਟ ਵਾਲਾ ਵੀ ਟੈਂਟ ਸਾਂਭ ਕਿੱਥੇ ਹੈ, ਸਾਡੇ ਪੁਲਿਸ ਮੁਲਾਜ਼ਮ ਸਾਹਿਬ ਵੀ ਬੈਠੇ ਹੈ, ਪਹਿਲਾਂ ਦੁਨੀਆਂ ਨੂੰ ਸਾਂਭਦੇ ਹੁਣ ਟੈਂਟ ਸਾਂਭੀ ਬੈਠੇ ਹੈ। ਬਹੁਤ ਬਹੁਤ ਧੰਨਵਾਦ ਹੈ, ਪਰ ਲੋ ਆ ਜਾਂਦੀ ਜੇ ਹੁੰਦੀ ਨਾ ਪੁਲਿਸ ਸਰਕਾਰੀ, ਸਾਡੇ ਪੁਲਿਸ ਮੁਲਾਜ਼ਮ ਇਸ ਕਬੱਡੀ ਟੂਰਨਾਮੈਂਟ ਦੇ ਬਹੁਤ ਸਾਥ ਦਿੰਦੇ ਜੀ। ਤੁਸੀਂ ਕਬੱਡੀ ਕੱਪ ਦੇ ਦੇਖਦੇ ਹੈ ਤੁਸੀਂ ਜੀ ਆਏ ਕਿ ਨਹੀਂ? ਹਾਂਜੀ ਹਾਂਜੀ ਬੈਠੋ।
ਬਿਲਾਸਪੁਰ ਦੇ ਚੌਂਕੀ ਇੰਚਾਰਜ ਜੀ ਬਿਰਦ ਸਿੰਘ ਪੱਟੀ ਬਿਲਾਸਪੁਰ ਦੇ ਚੌਂਕੀ ਇੰਚਾਰਜ ਹੈ ਕਬੱਡੀਆਂ ਨੂੰ ਮਾਨ ਸਨਮਾਨ ਦੇ ਰਹੇ ਹੈ ਬਿੱਟੂ ਸੈਦੋ ਕਿੱਥੇ ਵੀ ਆਪਣਾ ਮਾਨ ਸਨਮਾਨ ਪ੍ਰਾਪਤ ਕਰੇ ਬਿੱਟੂ ਸੈਦੋ ਵਾਲਾ ਬਿੱਟੂ ਸੈਦੋ ਵਾਲਾ ਕਬੱਡੀ ਕਮੈਂਟੇਟਰ ਦੇ ਨਾਲ ਔਰ ਸਾਡੇ ਚੌਂਕੀ ਇੰਚਾਰਜ ਬੰਤ ਸਿੰਘ ਜੀ ਮਾਨ ਸਨਮਾਨ ਦੇ ਰਹੇ ਤਾਰੀ ਹਮਦਪੁਰਾ ਰੈਫਰੀ ਤਰਸੇਮ ਸਦੌੜ ਉਹ ਵੀ ਆਪਣਾ ਮਾਨ ਸਨਮਾਨ ਲੈ ਜੇ ਰੈਫਰੀ ਤਰਸੇਮ ਸਦੌੜ ਪੱਕੇ ਤਰਸੇਮ ਸਦੌੜ ਤੇ ਬਾਕੀ ਜਿਹਨੇ ਦੂਜੇ ਰੈਫਰੀ ਮੀਂਹ ਸਦੋਵਾਲ ਉਹ ਵੀ ਆਪਣਾ ਮਾਨ ਸਨਮਾਨ ਲੈ ਜੇ ਮੀਂਹ ਸਦੋਵਾਲ ਜੱਸੀ ਹਾਂਸ ਕਲਾ ਜੱਸੀ ਹਾਂਸ ਕਲਾ ਮੀਂਹ ਸਦੋਵਾਲ ਮਨਜੀਤ ਗਰੇਵਾਲ ਦਲਜੀਤ ਲਾਲ ਕਲਾ ਦਜੀਤ ਲਾਲ ਕਲਾ ਠੀਕ ਹੈ ਜੀ ਫੌਜੀ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਬਾਪੂ ਜੀ ਜਿਹਨਾਂ ਨੇ ਬਹੁਤ ਵਧੇ ਲਾਲ ਕਲਾ ਵਾਲੇ ਫੌਜੀ ਸਾਹਿਬ ਸਾਡੇ ਬਹੁਤ ਸਤਿਕਾਰਯੋਗ ਹੈਲੋ ਆ ਫਿਰੀ ਕਰੀ ਵਾਲੇ ਵੀ ਆ ਜਾ ਜਲਦੀ ਹੋ ਜਾਂਦੀ ਫਿਰੀ ਆ ਜਾ ਫਿਰੀ ਆ ਜਾ ਜਲਦੀ ਤੋਂ ਜਲਦੀ ਤੇ ਮੂਹਰੇ ਆ ਜਾ ਯਾਰ ਫਿਰੀ ਕਰੀ ਵਾਲਾ ਬਾਲਾ ਹੀ ਗੱਲ ਨਾ ਫਿਰੀ ਕਰੀ ਵਾਲਾ ਜਲਦੀ ਜਲਦੀ ਪਹੁੰਚ ਜਾਏ ਫਿਰੀ ਕਰੀ ਵਾਲਾ ਕਿੱਥੇ ਆ ਪੰਜਾਬ ਡੋਟ ਕਾਮ ਡਰੋਲੀ ਭਾਈ ਉਹਨਾਂ ਨੂੰ ਵਿਸ਼ੇਸ਼ ਸਨਮਾਨ ਫਿਰੀ ਕੜੀ ਵਾਲਾ ਫੇਰੀ ਕੜੀ ਵਾਲਾ ਚੰਦਨ ਸੇਵਾ ਕੀਤੀ ਵਿਸ਼ੇਸ਼ ਸਨਮਾਨ ਕੀਤਾ ਜਾਂਦਾ ਸਾਉਣ ਮਾਸਟਰ ਹੈਗੇ ਸਾਉਣ ਮਾਸਟਰ ਪਧਾਉੜ ਸਾਉਣ ਮਾਸਟਰ ਪਧਾਉੜ ਸਾਉਣ ਮਾਸਟਰ ਪਧਾਉੜ ਜੀ ਸਾਉਣ ਮਾਸਟਰ ਪਧਾਉੜ ਸਾਉਣ ਮਾਸਟਰ ਪਧਾਉੜ ਆਹ ਜੀ ਦੇ 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 ਗਿਆ ਲੋ ਗਿਆ
ਬਹੁਤ ਬਹੁਤ ਧੰਨਵਾਦ ਜੀ ਪਿੰਡ ਵਾਲਿਆਂ ਦਾ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ। ਇੱਕ ਜਕਾਰਾ ਲਾਵਾਂਗੇ। ਫੋਟੋ ਖਿੱਚੋ ਜੀ ਸਰੀਰ ਦੀ। ਬੈਟਰੀ ਵੀ ਗਈ।